हेलो जी, सत श्री अकाल जी। मैं अमनदीप कौर, पंजाबी कुकिंग एंड पंजाबी कल्चर विच थोड़ा स्वागत करदी हां। अपने घर आए हुए ने फ्रेंड्स गेस्ट, बाकी तुसीं गेस्टां नाल मिलो। पहला भी तुसीं मिल चुके हो। ये ना वीडियो पहला पई सी जी मेरे को, इस करके फिर मैं अज अपलोड कर रही हां, क्योंकि पहला अपने जीरी वगैरह कटाई सी। ये पहला दी वीडियो सी। उस तो पहला फ्रेंड, जे तुसीं मेरे चैनल दे नवें तां प्लीज़ मेरे चैनल नूं सबसक्राइब जरूर कर लियो। तो जे थोड़ा मेरी वीडियो पसंद आती है तो प्लीज़ मैं लाइक तो कमेंट करके जरूर दस्या करो जी। तो वीडियो एंड तक जरूर देखे करो जी। चलो जी, आप पीने चाह पानी, तुसी देखो वीडियो नू एंड तक जरूर देखियो। थप्पड़ भी खा ला है, मैं तो अज पता लग्या। चाह भी पी ला, बिस्कुट भी खा ला, पकौड़ियाँ भी खा ला, थप्पड़ भी खा ला। तू आप पकौड़े भी खाओगे बुके? कली नमकीन खानी है? बस दीदी इन्हीं के खाओ। केड़ी केड़ी चादर पसंद करी है? हाले हमें कोई नहीं करी है, तू कर ले। वापस घरों जाओगे? हाँ जी, हाँ जी। फिर हम थोड़ा धरना लगे हुआ है, फिर हम किधर लग के जाओगे? देख लेंगे है ना जी, क्या पता जब तक। अच्छा, 4 बजे खोल देंगे। थक भी जाने बेचारे, केड़ा बोलना सौखा है ना। मुंसर हो गए, मुंसर भी नहीं है। उधर ही गए, उधर ही जाओ। ओ कर दो मुंडे में खा लो। अच्छे आ भी खा ले, यार अच्छी जाया था ने वाली। अच्छा तो चावल बना लेते हैं नमकीन। फिर रणजीत कह रहा है तो बहुत लंका आ रहा है। किसने बनाया था नमकीन चावल? काले में से। अच्छा लस्सी गाढ़ी लाल, कोई कड़ाह लेके आ रहे है, कोई कूस कोई कूस। मम्मी दस रही थी रोज लंगर जा रहा है, कल भी उठे किसान भी कोई
ਪਿੰਡਾਂ ਵਾਲੇ ਕੋਈ ਭੁੱਖਾ ਨੀ ਰਹਿਣ ਦਿਆ ਰੋਟੀ ਸਾਰੀ ਚੀਜ਼ਾਂ ਨਾਲ ਰੋਟੀ ਔਰ ਨਾਲੇ ਸਾਰੀ ਦੁਨੀਆ ਕਹਿੰਦੇ ਵੀ ਮੋਦੀ ਨੇ ਆਪ ਇੰਨੀ ਗਰੀਬੀ ਦੇਖੀ ਵੀ ਆ ਪਰ ਇਹ ਹੁਣ ਗਰੀਬਾਂ ਨਾਲ ਦੁਰਮੇ ਕਰ ਰਿਹਾ ਕਿਸਾਨਾਂ ਨਾਲ ਪੈ ਰਹੀ ਪਕੌੜੀਆਂ ਵਾਲ ਖਿਲ ਰਹੇ ਖਾ ਰਿਹਾ ਦੁਨੀਆਂ ਪਰ ਭਾਰ ਵੀ ਬਹੁਤ ਭਾਰ ਵੀ ਲਿਆ ਪੜ੍ਹੇ ਲਿਖਿਆ ਚਾਹੀਦਾ ਮੰਤਰੀ ਹੁਣ ਤਾਂ ਇੰਨਾ ਜਿਆਦਾ ਮਾੜਾ ਟਾਈਮ ਪੈ ਰਿਹਾ ਨਾ ਕੱਲੀ ਕੁੜੀ ਵੀ ਘਰ ਤੇ ਬਾਹਰ ਨੀ ਜਾਂਦੀ ਨਾ ਜੀ ਨਾ ਹੁਣ ਪਿੱਛੇ ਜੀ ਕਿਆ ਹੋਇਆ ਹਾਂਜੀ ਆਪਾਂ ਨੂੰ ਪਰਸੋਂ ਹੀ ਦੇਖੋ ਆਉਂਦੇ ਹਫਤਾ ਕੇ ਹੋਇਆ ਕਿਆ ਹੋਇਆ ਬਸ ਜਿਹੜਾ ਬੰਦਾ ਵੀਡੀਓ ਬਣਾ ਰਿਹਾ ਹੈ ਵੀ ਤਵੀਆਂ ਪਵਾਣੇ ਦਾ ਕੰਮ ਬੰਦੇ ਦਾ ਹੈ ਵੀ ਤੀਵੀਆਂ ਕਿ ਨਹੀਂ ਤੀਵੀਆਂ ਮੋਢੇ ਨਾਲ ਮੋਢਾ ਜੋੜ ਕੇ ਤੁਰ ਰਹੀ ਆ ਬੰਦੇ ਨਾਲ ਤੀਵੀਆਂ ਚਲਾ ਰਹੀ ਹੈ ਤੀਵੀਆਂ ਕਰ ਨੀ ਸਕਦੇ ਮੈਂ ਤਵੀਆਂ ਪਵਾ ਦੀਆਂ ਉਹ ਇੱਕ ਲੇਡੀ ਨੀ ਪਵਾ ਸਕਦੀ ਲੇਡੀ ਜਹਾਜ਼ ਚਲਾ ਲੂ ਹਾਂਜੀ ਉਹੀ ਤਾਂ ਹੈ ਇੱਕ ਜੈਂਟਸ ਜਹਾਜ਼ ਨੀ ਚਲਾ ਸਕਦਾ ਲੇਡੀ ਨੇ ਜਹਾਜ਼ ਚਲਾ ਲਿਆ ਫੇਰ ਕਿੱਥੇ ਨੀ ਹੈਗੀਆਂ ਕੁੜੀਆਂ ਕਿੱਥੇ ਨੀ ਹੈਗੀਆਂ ਹਾਂਜੀ ਕਲਪਨਾ ਚਾਵਲਾ ਜੀ ਸੋਚ ਮਾੜੀ ਆ ਜਿਹੜੇ ਲੋਕ ਨਾ ਕਿਹਾ ਤੁਸੀਂ ਵੀ ਹਮੇ ਆਪਣੀ ਤੀਵੀਆਂ ਨੂੰ ਲੇਡੀਆਂ ਨੂੰ ਕੁੜੀਆਂ ਨੂੰ ਘਰਾਂ ਘੁੱਟ ਕੇ ਰੱਖੀ ਅੱਜ ਕੱਲ ਕਾਤੇ ਲੋਕ ਕੁੜੀਆਂ ਜੰਮਣ ਦੇ ਡਰੇ ਤਾਂ ਹੀ ਡਰਦੇ ਬਿਮਾਰੀ ਕੁੜੀਆਂ ਨਾਲ ਮਾੜਾ ਨਾ ਹੋ ਜੇ ਆ ਬਹੁਤ ਦਰਿੰਦੇ ਹੀ ਬੈਠੇ ਹਾਂਜੀ ਸਾਰੇ ਤਰ੍ਹਾਂ ਦੀ ਦੁਨੀਆਂ ਬੈਠੀ ਜੀ ਕਹਿੰਦੇ ਨੀ ਪੰਜ ਉਂਗਲੀਆਂ ਕਿਸਾਨ ਨੀ ਅੱਛੀ ਦੁਨੀਆਂ ਵੀ ਬਹੁਤ ਬੈਠੀ ਆ ਪਰ ਮਾੜੀ ਵੀ ਜਿਹਨਾਂ ਦੀ ਸੋਚ ਮਾੜੀ ਹਾਂਜੀ ਹਾਂਜੀ ਬਾਕੀ ਬਸ ਮੈਨੂੰ ਇੰਨਾ ਉਹ ਹੋਇਆ ਵੀ ਦੱਸ ਮੇਰੇ ਘਰ ਕੇ ਨੀ ਮੈਨੂੰ ਕੁਛ ਕਹਿੰਦੇ ਮੇਰੇ ਮਾਂ ਬਾਪ ਨੀ ਇੱਥੇ ਤੱਕ ਮੇਰੇ ਸੱਸ ਸਹੁਰੇ ਨੀ ਕੁਛ ਕਹਿੰਦੇ ਵੀ ਜਿਹੜੇ ਬੋਲ ਰਹੇ ਉਹਨਾਂ ਦਾ ਕਿਆ ਮਤਲਬ ਵਾਲੇ ਬੋਲਣੇ ਉਹੀ ਗੱਲ ਆ ਗਈ ਦੀਦੀ ਜੇ ਤੱਕ ਨੂੰਹਾਂ ਦੀ ਲਾ ਲੋ ਚੱਲ ਆਪਾਂ ਜੇ ਨੂੰਹਾਂ ਨਾ ਕੰਮ ਕਰਨ ਤਾਂ ਵੀ ਲੋਕਾਂ ਨੇ ਕੰਮ ਨੀ ਕਰਦੇ ਹਨਾ ਜੇ ਕਰਾ ਤੇ ਕੰਮ ਨੀ ਆਪ ਕਰਾਉਣ ਦਾ ਦੇਖੋ ਕੋਈ ਡਰ ਨੀ ਆਪਣੇ ਘਰ ਦਾ ਕਰੇ ਆ ਆਪਣੀ ਖੇਤੀਬਾੜੀ ਦੇ ਨਾਲ ਆਪਣੇ ਕਹਿੰਦੇ ਨੀ ਹੈਗੇ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਘਰ ਵਾਲੇ ਦਾ ਆਪਾਂ ਸਾਥ ਦਿੰਦੇ ਆ ਉਹੀ ਤਾਂ ਗੱਲ ਹੈ ਵੀ ਦੁਨੀਆਂ ਬਸ ਜੀ ਕਿਧਰੇ ਪਾਸੇ ਤੇ ਮਾਰ ਕਿਧਰੇ ਨੂੰ ਜੀ ਨੀ ਦਿੰਦੀ ਹੈਗੀ ਦੁਨੀਆਂ ਹਨਾ ਚਲੋ ਬਾਕੀ ਆਪਣੀ ਆਪਣੀ ਸੋਚ ਹੈ ਹਾਂਜੀ ਹਾਂਜੀ ਹਰੇਕ ਦੀ ਆਪਣੀ ਆਪਾਂ ਕਿਸੇ ਦੀ ਸੋਚ ਬਦਲ ਨਹੀਂ ਸਕਦੇ ਆਪਣੀ ਸੋਚ ਹੈ ਉਹਨੂੰ ਸਿੱਧੀ ਰੱਖੋ ਦੁਨੀਆਂ ਬਹੁਤ ਤਰ੍ਹਾਂ ਦੀ ਬੈਠੀ ਦੁਨੀਆਂ ਦਾ ਹਰ ਕੋਈ ਕਿਸੇ ਨੇ ਕੁਛ ਕਰਤਾ ਕਿਸੇ ਦਾ ਇਹ ਕਰਤਾ ਉਹ ਕਰਤਾ ਪਰ ਉਹ ਆਪਣੇ ਮਨ ਨੂੰ ਪਤਾ ਹੈ ਹਾਂਜੀ ਆਪਣੇ ਮਨ ਨੂੰ ਪਤਾ ਹੈ ਮੈਂ ਕਿਆ ਕਰਿਆ ਕਿਆ ਨਹੀਂ ਕਰਿਆ ਦੁਨੀਆਂ ਦੇ ਬੋਲਣ ਨਾਲ ਕਿਹੜੇ ਕੁਛ ਹੋਣ ਲੱਗੇ ਡਿਜ਼ਾਇਨ ਬਹੁਤ ਸੋਹਣਾ
बाकी सारा माल बीत गया था उन्होंने दो दुकाना बंद करी थी उन्होंने फिर मैं ले आई थी। अच्छा ए सूट भी मैंने बेचे है सूट ना घट रख दे सूटा च ना वरायटी बहुत ज्यादा मांगते है भी हर हफ्ते नवी वरायटी हो चादर जो अपने को महीना पहले दी भी कोई बिक जाए कपड़ा बूर नहीं आऊगा ना बूर आऊगा ना छिजूगा आ 500 रुपए मीटर हो गए जानी ना 100 रुपए मीटर हां मैं 500 हां 500 दस 500 मीटर कह रहे ना 500 का हो गया 500 ठीक है ठीक है ये भी ठीक है हां ये भी ठीक है सुस्ती है गर्मी च ना ये जी सोने लगते हैं सुस्ती जे चाहे कसे भाई होवे गर्मी च तो भी सोने लगते हैं हां पता मतलब इन्होंने कली कली गल मेन समझाई या कोई भी आनी भी दिल दे विच पाप रख के मेनू कोई गल समझाई हो सारी एन अपनी जिम्मे आप एक अपनी सखी भैन नू कहिंदे नी सीधे रस्ते ते पाउने आ इन्होंने ऐ ही मेनू सीधे रस्ते ते पाया ते मेनू भी इन्होंने घर आके बिल्कुल भी ओपरन लग्या हैगा कहिंदे नी हैगे बहुत वधिया बंदे ने जी ते बच्चा भी बहुत सियाणा जी उद्दम इत्थे मेरे बेटे नाल खेलदा फिर रहा जी बाकी वीर जी होरां दा सभो आंटी जी दा सभो अंकल जी दा सभो बहुत ही वधिया जी मैं बहुत खुशी हुई है जी इतने आके बाकी दीदी होरी मेरा फोन नंबर डिस्क्रिप्शन बॉक्स के पागे जी तुम जिस जिसने भी ऑर्डर करनी है फोन नंबर करके भी मेरे संपर्क कर सकते हो जी बैडशीट बारे बाकी कोई दूर है वह भी कर सकते हो बाकी कोई नेड़े है उत्थे तक मैं आप भी मतलब होम डिलीवरी कर सकती हाँ जी बाकी एवं दस दूँ थोड़े तो कोई पैसे लिया कि पैसे ले थोड़े तो चैनल प्रमोट कर ना जी कोई पैसा नहीं लिया जी मिलना तो ले लिया ना जी कोई पैसा नहीं लिया गल कर रहे भी दिल दे इन्ने साफ ने बहुत भोले ने दिल दे बिलकुल भी कोई पैसा नहीं कुछ नहीं जी कहते नहीं है आप जिम्मे उ गल फिर आ गई आप जिम्मे अपने सखे भैन भाई सीधे रस्ते पाने इन्होंने मैं उस तरह ही सीधे रस्ते पाया जी कुछ नहीं जी बहुत मेनू खुशी हुई हूं मैं इन्हों अपने घर बुलावांगी जी जरूर बुलावांगी आप जरूर जावांगी जी इन्हें घर मैं भी इन्होंने को जरूर जाऊंगी जो भी मेरा गेड़ा लगे वैसे अस जाने रहने बाले
ਇਹਨਾਂ ਨੇ ਮੈਨੂੰ ਦੱਸਿਆ ਵੀ ਸੀਗਾ ਕਹਿੰਦੇ ਵੀ ਸਾਡਾ ਅੰਬਾਲੇ ਵੀ ਜਿਸ ਜਗ੍ਹਾ ਦੇ ਇਹਨਾਂ ਦਾ ਘਰ ਹੈ ਜਦੋਂ ਮੇਰਾ ਗੇੜਾ ਲੱਗੇ ਮੈਂ ਜ਼ਰੂਰ ਜਾ ਕੇ ਆਊਂਗੀ ਚਲੋ ਜੀ ਹੁਣ ਇਹਨਾਂ ਨੂੰ ਵੀ ਟਾਈਮ ਹੋ ਰਿਹਾ ਕਿਉਂਕਿ ਸ਼ਾਮ ਹੋ ਗਈ ਬਾਕੀ ਫਿਰ ਰੋਡ ਵੀ ਜਾਮ ਹੋਇਆ ਪਿਆ ਇਹ ਵਿਚਾਰੇ ਪਹਿਲਾਂ ਹੀ ਮੌਸਮ ਲੰਘ ਕੇ ਆਏ ਨੇ ਉੱਥੋਂ ਦੀ ਕਾਫੀ ਇਹ ਉੱਪਰ ਦੀ ਪਿੰਡਾਂ ਦੀ ਘੁੰਮ ਕੇ ਆਏ ਨੇ ਜਿੰਨੀ ਇਹਨਾਂ ਨੂੰ ਖੁਸ਼ੀ ਹੈ ਉਨੀ ਮੈਨੂੰ ਜ਼ਿਆਦਾ ਬਹੁਤ ਖੁਸ਼ੀ ਹੋਈ ਹੈ ਬਾਕੀ ਤੁਸੀਂ ਸਾਰਿਆਂ ਨੂੰ ਸਪੋਰਟ ਕਰਨੀ ਹੈ ਚਲੋ ਜੀ ਫਿਰ ਆਪਾਂ ਨੈਕਸਟ ਵੀਡੀਓ ਲੈ ਕੇ ਫੇਰ ਮਿਲਾਂਗੇ ਜੀ ਤਦ ਤੱਕ ਲਈ ਬਾਏ ਬਾਏ ਪਹਿਲਾਂ ਹੀ ਦੱਸਿਆ